ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਆ ਜਿਹੜਾ ਅੱਜ ਤੀਜੇ ਦਿਨ 'ਚ ਜਿਹੜਾ ਧਰਨਾ ਦਾਖਲ ਹੋ ਗਿਆ, ਪਰ ਸਿੱਖਿਆ ਮੰਤਰੀ ਨੇ ਕਹਿ ਲਓ ਹਜੇ ਤੱਕ ਸਾਡੀ ਕਿਸੇ ਤਰ੍ਹਾਂ ਦੀ ਵੀ ਸਾਰ ਨਹੀਂ ਲਈ। ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਆ ਜਿਹੜਾ ਅੱਜ ਤੀਜੇ ਦਿਨ 'ਚ ਜਿਹੜਾ ਧਰਨਾ ਦਾਖਲ ਹੋ ਗਿਆ, ਪਰ ਸਿੱਖਿਆ ਮੰਤਰੀ ਨੇ ਕਹਿ ਲਓ ਹਜੇ ਤੱਕ ਸਾਡੀ ਕਿਸੇ ਤਰ੍ਹਾਂ ਦੀ ਵੀ ਸਾਰ ਨਹੀਂ ਲਈ। ਇੱਥੇ ਜਿਹੜੀ ਗਿਣਤੀ ਹੈ ਸਿੱਖਿਆ ਮੰਤਰੀ ਦਾ, ਅਸੀਂ ਜਿਹੜਾ ਇੱਕ ਵਹਿਮ ਪਾ ਰੱਖਿਆ ਕਿ ਇਹ ਗਿਣਤੀ ਹੈ ਜਿਹੜੀ ਹੁਣ ਘਟੇਗੀ, ਤਾਂ ਅਸੀਂ ਸਿੱਖਿਆ ਮੰਤਰੀ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਡੀਆਂ ਮੰਗਾਂ ਦਾ ਜਿਹੜਾ ਹੱਲ ਕੀਤਾ ਜਾਵੇ, ਕਿਉਂਕਿ ਇਹ ਗਿਣਤੀ ਹੈ ਜਿਹੜੀ ਪਹਿਲੇ ਦਿਨ 70 ਸੀ, ਦੂਸਰੇ ਦਿਨ 150 ਅਤੇ ਅੱਜ 250-300 ਦੇ ਕਰੀਬ ਹੋ ਗਈ ਹੈ, ਅਤੇ ਕੱਲ੍ਹ ਨੂੰ ਇੱਥੇ ਹਜ਼ਾਰਾਂ ਦਾ ਇਕੱਠ ਵੇਖਣ ਨੂੰ ਮਿਲੇਗਾ ਜੇਕਰ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਸਾਡੀ ਇੱਕੋ ਇੱਕ ਮੰਗ ਹੈ, ਅਸੀਂ ਦੂਸਰੀ ਵਾਰ ਪੇਪਰ ਦੇ ਕੇ ਉਹਦੇ ਉਹ ਵੀ ਪਾਸ ਕਰਕੇ ਜੋ ਵੀ ਸਾਡੇ 'ਤੇ ਲਾਗੂ ਕੀਤਾ ਗਿਆ ਸੀ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਪਾਸ ਕਰਦੇ ਹੋਏ ਅੱਜ ਇੱਕ ਵਾਰ ਫਿਰ ਐਲੀਜੀਬਲ ਹੋ ਗਏ ਹਾਂ, ਪਰ ਜਿਹੜਾ ਜੁਆਇਨਿੰਗ ਲੈਟਰ 'ਤੇ ਹਜੇ ਵੀ ਕਿਤੇ ਨਾ ਕਿਤੇ ਕਿੰਤੂ ਪਰੰਤੂ ਕੀਤੀ ਜਾ ਰਹੀ ਹੈ। ਅਸੀਂ ਇੱਕੋ ਇੱਕ ਰਿਕੁਐਸਟ ਕਰਦੇ ਹਾਂ ਅਤੇ ਚੇਤਾਵਨੀ ਵੀ ਦਿੰਦੇ ਹਾਂ, ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀਆਂ ਲਿਸਟਾਂ ਅਤੇ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਜਾਂਦੇ ਤਾਂ ਸਿੱਖਿਆ ਮੰਤਰੀ ਸਾਹਿਬ ਤਿੱਖੇ ਐਕਸ਼ਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਪੀਟੀਡੀ 994 ਯੂਨੀਅਨ ਦਾ ਧਰਨਾ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਗੰਭੀਰਪੁਰ ਵਿਖੇ ਅਸੀਂ ਤੀਜੇ ਦਿਨ 'ਚ ਦਾਖਲ ਹੋ ਚੁੱਕੇ ਹੈ, ਪਰੰਤੂ ਸਿੱਖਿਆ ਮੰਤਰੀ ਸਾਹਿਬ ਵੱਲੋਂ ਹਜੇ ਤੱਕ ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ। ਇਸ ਧਰਨੇ ਨੂੰ ਲਗਾਤਾਰ ਜਾਰੀ ਰੱਖਿਆ ਜਾਏਗਾ ਜੁਆਇਨਿੰਗ ਤੱਕ। ਸਿੱਖਿਆ ਮੰਤਰੀ ਸਾਹਿਬ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਵੀ ਜੇਕਰ ਉਹ ਅੱਜ ਵਾਲੀ ਮੀਟਿੰਗ 'ਚ ਸਾਡਾ ਕੋਈ ਪੁਖਤਾ ਹੱਲ ਨਹੀਂ ਕਰਦਾ ਤਾਂ ਅਸੀਂ ਰੋਡ ਬਲੋਕ ਕਰਾਂਗੇ, ਹੋਰ ਗੁਪਤ ਐਕਸ਼ਨ ਕਰਾਂਗੇ, ਪਰੰਤੂ ਅਸੀਂ ਜੁਆਇਨਿੰਗ ਲੈਟਰ ਲਏ ਬਿਨਾਂ ਗੰਭੀਰਪੁਰ ਪਿੰਡ ਵਿੱਚੋਂ ਕੁਝ ਨਹੀਂ ਕਰਾਂਗੇ। ਮੇਰੀ ਸਿੱਖਿਆ ਮੰਤਰੀ ਸਾਹਿਬ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਲਦ ਤੋਂ ਜਲਦ 994 ਯੂਨੀਅਨ 994 ETT ਕੇਡਰ ਦੇ
ਜੁਆਇਨਿੰਗ ਲੈਟਰ ਜਾਰੀ ਕਰੇ।